ਅਗਰੈਸ਼ਨ ਵੀ ਚੁੱਕੇ ਦਿਨ ਅੱਠ ਕਵਿਤਾ ਸੰਗ੍ਰਹਿ ਉਸਾ ਦੇ ਹੋਣਾ ਕੋਈ ਨਿੱਕੀ ਗੱਲ ਨਹੀਂ ਹੈ। ਉਸ਼ਾ ਕਿਰਨ ਕਿਰਨ ਜੀ ਤਰਸੇਮ ਜੀ ਕੀ ਹਾਲ ਹੈ? ਠੀਕ ਹੋ? ਨਮਸਤੇ ਮਾਂ ਤੇ ਸੱਜਣੋ ਮਾਂ ਹੁੰਦੀ ਹੈ, ਰੁੱਖ ਝੋਂਗਰਾ ਤੇ ਠੰਡੀ ਛਾਂ ਹੁੰਦੀ ਹੈ, ਮਾਂ ਤੇ ਸੱਜਣੋ ਮਾਂ ਹੁੰਦੀ ਹੈ, ਬਣੀ ਪਛੋਂਕਰਾ ਕੰਨੇ ਚਲਦੀ ਜਤਾਈ ਜਾਓ ਤੁਆ ਹੁੰਦੀ ਹੈ, ਮਾਂ ਤੇ ਸੱਜਣੋ ਮਾਂ ਹੁੰਦੀ ਹੈ। ਬਹੁਤ ਅੱਛੇ। ਗਿੱਲੂਏ ਦਾ ਜਦੋਂ ਸੁੱਕਦਾ ਸੰਘਾ, ਮਾਂਗੈ ਜਮੁਨਾ ਮਾਂਗੈ ਗੰਗਾ, ਮਾਂਗੈ ਨਿਰਮਲ ਕੋਰਜੂ ਪਾਣੀ, ਮਿੱਠੇ ਪਾਣੀਆਂ ਦੀ ਬਾਂ ਹੁੰਦੀ ਹੈ, ਮਾਂ ਤੇ ਸੱਜਣੋ ਮਾਂ ਹੁੰਦੀ ਹੈ। ਮਾਓ ਕੰਨੇ ਗੈ ਜੀਵਨ ਸ਼ੁਰੂ, ਮਾਂ ਗੈ ਸਭਨੇ ਸ਼ਾ ਪਹਿਲਾ ਗੁਰੂ, ਜ਼ਿੰਦਗੀ ਦੇ ਪੂਰਨੇ ਪਾਣਾ ਸਿਖਾਉਂਦੀ, ਮਾਂ ਗੈ ਸੱਜੀ ਬਾਂ ਹੁੰਦੀ ਹੈ, ਮਾਂ ਤੇ ਸੱਜਣੋ ਮਾਂ ਹੁੰਦੀ ਹੈ। ਮੂੰਹਾਂ ਦਾ ਜਦ ਆਏ ਮਾਏ ਖੁੰਦਾ, ਮਾਓ ਦਾ ਕਾਲਜਾ ਤ੍ਰਿਫਨੀਏ ਰੋਂਦਾ, ਸ਼ੀਸ਼ੇ ਭਰਿਆ ਝੋਲੂ ਦਿੰਦੀ, ਮਾਂ ਤੇ ਰੱਬ ਦਾ ਨਾਂ ਹੁੰਦੀ ਹੈ, ਮਾਂ ਤੇ ਸੱਜਣੋ ਮਾਂ ਹੁੰਦੀ ਹੈ। ਮਾਂ ਅਸ਼ਕੈ ਚੀੜੇ ਦੀ ਸੂੰਕ, ਮਾਂ ਅਸ਼ਕੈ ਕੋਇਲ ਦੀ ਕੂਕ, ਮਾਂ ਵਰਖਾ ਦੀ ਠੰਡੀ ਫੁਹਾਰ, ਚੀੜੇ ਦੀ ਸਾਂ ਸਾਂ ਹੁੰਦੀ ਹੈ, ਮਾਂ ਤੇ ਸੱਜਣੋ ਮਾਂ ਹੁੰਦੀ ਹੈ। ਰੁੱਖ ਝੋਂਗਰਾ ਤੇ ਠੰਡੀ ਛਾਂ ਹੁੰਦੀ ਹੈ, ਮਾਂ ਤੇ ਸੱਜਣੋ ਮਾਂ ਹੁੰਦੀ ਹੈ। ਬਣੀ ਪਛੋਂਕਰਾ ਕੰਨੇ ਚਲਦੀ ਜਤਾਈ ਜਾਓ ਤੁਆ ਹੁੰਦੀ ਹੈ, ਮਾਂ ਤੇ ਸੱਜਣੋ ਮਾਂ ਹੁੰਦੀ ਹੈ। ਧੰਨਵਾਦ। ਅੰਬਰਾ ਤੇਰੇ ਰੰਗ ਨਿਆਰੇ, ਕਦੇ ਗੋਤੀਆਂ ਕਦੇ ਮੁਹਾਰੇ, ਕਦੇ ਕੁੰਨੂ ਹੈ ਲੇਰੇ ਮਾਰੇ, ਅੰਬਰਾ ਤੇਰੇ ਰੰਗ ਨਿਆਰੇ, ਅੰਬਰਾ ਤੇਰੇ ਰੰਗ ਨਿਆਰੇ, ਕਦੇ ਕਨਾਰੀ ਕਦੇ ਸਿਤਾਰੇ, ਕਦੇ ਪੱਖਰੂ ਪਿਆਰੇ ਪਿਆਰੇ, ਅੰਬਰਾ ਤੇਰੇ ਰੰਗ ਨਿਆਰੇ, ਕਦੇ ਹੈ ਬੁੱਢੀ ਚਰਖਾ ਕੱਤਦੀ, ਕਦੇ ਹੈ ਅੰਮਾ ਗੋਟੇ ਪੱਥਦੀ, ਕਦੇ ਲਾੜੀਆਂ ਦਾਲੀ ਛੱਟਣ ਝੁੰਡ ਕੱਢੀ ਹੈ ਕਾਰੇ ਕਾਰੇ, ਅੰਬਰਾ ਤੇਰੇ ਰੰਗ ਨਿਆਰੇ, ਕਦੇ ਨ ਭਿੱਡੂ ਕਦੇ ਨ ਛਿੱਲੂ, ਕਦੇ ਤੇ ਲੱਭਣ ਨਿੱਕੇ ਗਿੱਲੂ, ਕਦੇ ਨ ਬੱਟੇ ਕਦੇ ਨ ਢਿੱਲੂ, ਸੱਤ ਰੰਗੀ ਪਿੰਗੇ ਦਿਲਵਾਰੇ, ਅੰਬਰਾ ਤੇਰੇ ਰੰਗ ਨਿਆਰੇ, ਕੁਦੇ ਤੇ ਲੱਭਦੇ ਬਿੱਲੂ ਕੁੱਤੂ, ਕੁਦੇ ਰੁੱਟ ਤੇ ਸੁੱਟੂ ਪੁੱਟੂ, ਲਾਈ ਹੈ ਛਾਬਾ ਕੋਈ ਹੈ ਬੈਠਾ, ਕੁਦੇ ਸਕਾਰਾਂ ਛੱਕਰ ਬਾਰੇ, ਅੰਬਰਾ ਤੇਰੇ ਰੰਗ ਨਿਆਰੇ, ਕੁਦੇ ਸੱਸ ਤੇ ਕੁਦੇ ਨੂੰਹ, ਕੁਦੇ ਤੇ ਬੁੱਢੀ ਪਿੰਜਦੀ ਰੂੰ, ਕੁਦੇ ਤੇ ਲੱਭਣ ਮਹਿਲ ਚ ਵਾਰੇ, ਕੁਦੇ ਮੁਸਾਫਰ ਉੱਟੇ ਆਰੇ, ਅੰਬਰਾ ਤੇਰੇ ਰੰਗ ਨਿਆਰੇ, ਕੁਸੈ ਅੱਥ ਕੀਤੇ ਦੇ ਜੌਲੇ, ਖਿੱਟੇ ਪੇਦਾ ਤੌਲੇ ਤੌਲੇ, ਕੁਸੈ ਦਾ ਅੱਥ ਹੈ ਛਤਰੀ ਸੋਟੂ, ਕੁਸੈ ਨਾ ਬੁਸ਼ਕੇ ਚੁੱਕੇ ਪਾਰੇ, ਅੰਬਰਾ ਤੇਰੇ ਰੰਗ ਨਿਆਰੇ, ਕੁਦੇ ਉੱਚੜੇ ਬੂਟੇ ਲੱਭਣ, ਸ਼ੈਲ ਸਨਾਕੇ ਸੂਟੇ ਲੱਭਣ, ਕੁਦੇ ਤੇ ਸੁਰਗੀ ਝੂਟੇ ਲੱਭਣ, ਕੁਦੇ ਤੇ ਕੋਠੂ ਨੇਰ ਗਬਾਰੇ, ਅੰਬਰਾ ਤੇਰੇ ਰੰਗ ਨਿਆਰੇ,
ਕਦੇ ਤੇ ਤਿੱਤਰ ਕਦੇ ਨ ਮੋਰ ਕਦੇ ਬਦਲੂ ਐ ਪਾਇਆ ਸ਼ੋਰ ਕੋਈ ਤੇ ਅੱਲ ਚਲਾਉਂਦਾ ਲੱਭੈ ਕੁਸੇ ਨੇ ਖੇਤਰ ਕੀਤੇ ਸਾਰੇ ਅੰਬਰਾਂ ਤੇਰੇ ਰੰਗ ਨਿਆਰੇ ਕਦੇ ਨ ਖੂਹ ਤੇ ਕਦੇ ਤਲਾਈਆਂ ਕਦੇ ਨ ਖਿੰਦਾਂ ਕਦੇ ਰਜਾਈਆਂ ਕਦੇ ਬਾਈ ਤੇ ਨਾੜੂ ਲੱਭਣ ਕਦੇ ਸਰੋਵਰ ਪਿਆਰੇ ਪਿਆਰੇ ਅੰਬਰਾਂ ਤੇਰੇ ਰੰਗ ਨਿਆਰੇ ਕਦੇ ਤੂੰ ਲੱਭੇ ਤੁਕਦਾ ਗੋਟਾ ਕਦੇ ਤੂੰ ਲੱਭੇ ਨਾਤਾ ਧੋਤਾ ਕਿੰਨਾ ਸਮਨਾ ਕਿੰਨਾ ਸੋਚੀ ਐ ਸਭ ਉੱਟੇ ਆਰੇ ਅੰਬਰਾਂ ਤੇਰੇ ਰੰਗ ਨਿਆਰੇ ਕਦੇ ਤੇ ਲੱਭੇ ਤੂੰ ਇੰਨਾ ਸਾਫ਼ ਨੀਲ ਦੇਈ ਜਿਹੀਆਂ ਰੇੜੇ ਗੁਲਾਬ ਕਦੇ ਉੱਡਦੀ ਲੱਭੈ ਭਾਫ ਕਦੇ ਨ ਡਿੱਗਲ ਪਾਰੇ ਪਾਰੇ ਅੰਬਰਾਂ ਤੇਰੇ ਰੰਗ ਨਿਆਰੇ ਕਦੇ ਤੇ ਚਾਚੂ ਸਿੱਕੇ ਧਾਰੀ ਕਦੇ ਤੇ ਜਾਗਤ ਮਾਰਨ ਤਾਰੀ ਕਦੇ ਕਬੂਤਰ ਕਦੇ ਗਟਾਰੀ ਚੁਰਮੁਰ ਕਰਦੇ ਰੋਂਦੇ ਸਾਰੇ ਅੰਬਰਾਂ ਤੇਰੇ ਰੰਗ ਨਿਆਰੇ ਨਿੱਕੇ ਨਿੱਕੇ ਸਾਏ ਲੱਭਣ ਕਦੇ ਰੂਹੇ ਦੇ ਪਾਏ ਲੱਭਣ ਕਦੇ ਤੇ ਅੰਮਾ ਜਾਏ ਲੱਭਣ ਵੀ ਲਾਈ ਲੈ ਬੋਂਦੇ ਸਾਰੇ ਅੰਬਰਾਂ ਤੇਰੇ ਰੰਗ ਨਿਆਰੇ ਕੁਦੈ ਟਾਂਗਾ ਕੁਦੈ ਲਾਰੀ ਕੋਈ ਬੱਗੀ ਚ ਕਰੇ ਸਵਾਰੀ ਕੁਦੈ ਰਿੱਛ ਤੇ ਬਾਂਦਰ ਲੰਘਦੇ ਕੁਦੈ ਮਾਰਦਾ ਸ਼ੇਰ ਖਰਾੜੇ ਅੰਬਰਾਂ ਤੇਰੇ ਰੰਗ ਨਿਆਰੇ ਕੁਦੈ ਤੇ ਖਿੜਖਿੜ ਕਰੇ ਕਪਾਹ ਕੁਦੈ ਡੁੱਲੀ ਦੀ ਛੜੀ ਸੁਆਹ ਕੁਦੈ ਤੇ ਨਿਰਮਲ ਗੰਗਾ ਲੱਭੈ ਕੁਦੈ ਡਮੋਲੂ ਪਿਆਰੇ ਪਿਆਰੇ ਅੰਬਰਾਂ ਤੇਰੇ ਰੰਗ ਨਿਆਰੇ ਅੱਗ ਲੱਭੈ ਕਦੇ ਬਲਬਲ ਕਰਦੀ ਨਦੀ ਕਦੇ ਐ ਛਲ ਛਲ ਕਰਦੀ ਕੁਦੈ ਨੀਲੀਆਂ ਡਬਰੀ ਲੱਭਣ ਕੁਦੈ ਤਿੱਤਰੇ ਫੰਗ ਖਲਾਰੇ ਅੰਬਰਾਂ ਤੇਰੇ ਰੰਗ ਨਿਆਰੇ ਤੇਰੀ ਸ਼ੋਭਾ ਨਿਆਰੀ ਮਿੱਤਰਾ ਤੂੰ ਤੇ ਇੱਕ ਮਦਾਰੀ ਮਿੱਤਰਾ ਜੋ ਚਾਹਨਾ ਸੋ ਬਣੀ ਜੰਨਾ ਹੈ ਤੇਰੇ ਤਮੇਸ਼ਾ ਵਾਰੇ ਨਿਆਰੇ ਅੰਬਰਾਂ ਤੇਰੇ ਰੰਗ ਨਿਆਰੇ ਥੰਮੀ ਰੱਖਿਆ ਸਾਰਾ ਜਾਨ ਤੂੰ ਸਭਨੇ ਦਾ ਲੈਣ ਪਰਾਂ ਤੇਰੇ ਨੇ ਧਰਤੀ ਦੀ ਸ਼ਾਨ ਫਿੱਕੇ ਤੇਰੇ ਬਾਜ ਨਜ਼ਾਰੇ ਅੰਬਰਾਂ ਤੇਰੇ ਰੰਗ ਨਿਆਰੇ ਕਦੇ ਗੋਤੀਆਂ ਕਦੇ ਮੁਹਾਰੇ ਕਦੇ ਕੁੰਨੂ ਐ ਲੇਰੇ ਮਾਰੇ ਅੰਬਰਾਂ ਤੇਰੇ ਰੰਗ ਨਿਆਰੇ ਕਦੇ ਕਿਨਾਰੀ ਕਦੇ ਸਿਤਾਰੇ ਕਦੇ ਪੱਖਰੂ ਐ ਪੰਜ ਖਿਲਾਰੇ ਅੰਬਰਾਂ ਤੇਰੇ ਰੰਗ ਨਿਆਰੇ ਅੰਬਰਾਂ ਤੇਰੇ ਰੰਗ ਨਿਆਰੇ ਮੇਰੇ ਇੱਥੇ ਆਪਾਂ ਸਾਡਾ ਚਲੇ ਹੁੰਦੀ ਪਸੰਦ ਦੀ ਕਵਿਤਾ ਸੀ ਅਰ ਸ਼ਰਮਾ ਜੀ ਨਮਸਤੇ ਮੇਰੇ ਦੇਸ਼ਾ ਦੀ ਕੀ ਹੋਈ ਗਿਆ ਕੁਦੈ ਲਿਫਾਫੇ 'ਚ ਬੱਚੇ ਦੀ ਕਾਂ ਕੁੱਤੇ ਨੋਚਾ ਦੇ ਇਸ ਦਾ ਅੰਜਾਮ ਲੋਕੋ ਕੀ ਨਹੀਂ ਤੁਸ ਸੋਚਾ ਦੇ ਅਜੇ ਅੱਖੀ ਵੀ ਨਹੀਂ ਖੁੱਲੀਆਂ ਵਾ ਖਾਈ ਗਈਆਂ ਪਿਉਲੀਆਂ ਕੁਦੈ ਅੰਨ ਜੰਮਿਆ ਭਰੂਣ ਹੈ ਉਹਦਾ ਕਾਲਜਾ ਭਰੂਣ ਹੈ ਕੁਦੈ ਅੰਨ ਜੰਮਿਆ ਭਰੂਣ ਹੈ ਉਹਦਾ ਕਾਲਜਾ ਭਰੂਣ ਹੈ ਕੁਸੈ ਭਿੱਖ ਮੰਗਲੀਆਂ ਦੀ ਭਾਵਨਾ ਦਾ ਕੀਤਾ ਕੁਸੈ ਖੂਨ ਹੈ ਕਲਯੁਗੈ ਗੁਆਲੇ ਡੇਲੇ ਨ ਉਹ ਲੋਕ ਕਿੰਨੇ ਵਿਹਲੇ ਨ ਇਹ ਅਧਰਮੀ ਨ ਕੁਕਰਮੀ ਨ ਅਸ਼ਕੈ ਸੱਪੈ ਦੀ ਬਰਮੀ ਨ ਕੋਈ ਝਾੜੀਆਂ 'ਚ ਸੁੱਟਿਆ ਕੋਈ ਬਾੜੀਆਂ 'ਚ ਸੁੱਟਿਆ ਕੋਈ ਟੱਲੀ 'ਚ ਲਪੇਟਿਆ ਕੋਈ ਲਿਫਾਫੇ 'ਚ ਲਪੇਟਿਆ ਉਸ ਬੀਤ ਲੈਣੇ ਸਾਹੇ ਕੀ ਸਾਈਂ ਦੀ ਸਮੇਟਿਆ ਇੱਕ ਉਸ ਭੈੜੇ ਦਾ ਪਾਪ ਹੈ ਉਸੇ ਲੱਗਣਾ ਮਰੋ ਸ਼ਾਪ ਹੈ ਉਹ ਬੱਚਾ ਨਿਰਦੋਸ਼ ਹੈ ਇਹ ਸੁੰਦਰ ਹੈ ਤੇ ਦੋਸ਼ ਹੈ ਅੰਜਾਮ ਪਾਉਣਾ ਭੁਗਤਣਾ ਉਸਨੇ ਜਿਸ ਲੈ ਜੁੱਟਣਾ ਕੀ ਖਿੱਚਿਆ ਉਹਦੇ ਸਾਏਂਗੀ ਉਨ ਪੁੱਤ ਉਹਦੀ ਆਏਗੀ ਜੋ ਦੇਈ ਜਨਮ ਨ ਸੁੱਟਦੀਆਂ ਲਾਨਤ ਹੈ ਨਹੀਂ ਮਾਏਗੀ ਆਪਣੇ ਜਿਗਰ ਦੇ ਟੁਕੜੇ ਵੀ ਉਹ ਸੁੱਟਣ ਕੁੱਤੇ ਗਾਏਗੀ ਉਹਦੇ ਜਿੰਦੇ ਬੱਚੇ ਵੀ ਦੱਬਾ ਦੇ ਉਹ ਬਾਰਾਂ ਭੋਲੇ ਲੱਭਾ ਦੇ ਉਹਦੇ ਬਿਜਨ ਮੁੰਡੀ ਦੀ ਲੋਟ ਹੈ ਉਹਦੇ ਲੱਤ ਬਾਣ ਟੁੱਕੀ ਹੈ ਉਹ ਕਿੰਨੇ ਅਪਰਾਧ ਕਰਾ ਦਾ ਵੇਚੀ ਹੈ ਸ਼ਰਮ ਉੱਕੀ ਹੈ ਲਹੂਏ ਦੀ ਨਦੀ ਬਗਾ ਦੀ ਪਾਣੀ ਦੀ ਨਦੀ ਸੁੱਕੀ ਹੈ ਇਹ ਉਸਦੀ ਕਾਰਗੁਜ਼ਾਰੀ ਹੈ ਉਹ ਧਿਓ ਦਾ ਬਲਾਤਕਾਰੀ ਹੈ ਉਸਦੀ ਆਪਣੀ ਜਾਂ ਕਰਤੂਤ ਕਾਲੀ ਹੈ ਕਿ ਕਰਨੀ ਮੁੜੋ ਨੇ ਪਿਓ ਨੇ ਧਿਓ ਦੀ ਰਖਵਾਲੀ ਹੈ
ਸੁਣਿਆ ਉਭਰਦੇ ਸਰਕੰਡੇ ਨਾ ਇਹ ਲੋਕ ਕਿੰਨੇ ਗੰਦੇ ਨੇ, ਲਾਨਤ ਨੇ ਲੋਕਾਂ ਹੀ ਕਿੰਨੇ ਗੰਦੇ ਹੁੰਦੇ ਧੰਦੇ ਨਾ, ਉਹਦੇ ਲਟਵਾ ਦੀ ਇੱਜ਼ਤ ਭਨੇਈ ਦੀ, ਕਰਤੂਤ ਮਾਮੇ ਦੀ ਕਨੇਹੀ ਜੀ, ਮੂੰਹੇ ਪ੍ਰਕਾਲਕ ਮਲਾ ਦਾ ਫੇਰੀ ਹੈ ਰਿਸ਼ਤੇ ਦੀ ਜਈ ਤੇਈ ਜੀ, ਅਰ ਮਾਨੋ ਅੱਜ ਲਾਚਾਰ ਹੈ ਮਹਿੰਗਾਈ ਦਾ ਸ਼ਿਕਾਰ ਹੈ, ਚਬੱਖਿਆ ਹਾਹਾਕਾਰ ਹੈ ਚਬੱਖਿਆ ਭ੍ਰਿਸ਼ਟਾਚਾਰ ਹੈ, ਭ੍ਰਿਸ਼ਟਾਚਾਰੀ ਵਧਨ ਮਕਾ ਦੇ ਉਹ ਅਧਨ, ਇਮਾਨਦਾਰ ਲਟੋਆ ਦੇ ਅੰਦਰੋਂ ਅੰਦਰੀ ਘਟੋਆ ਦੇ, ਦੂਸ਼ਿਤ ਕੋਈ ਬਾਹ ਹੈ ਚਬੱਖਿਆ ਦਿਖੋ ਤਰਾ ਹੈ, ਪਾਪਿਆਂ ਦੇ ਪੜਾਂਬੇ ਬਲਾ ਦੇ, ਪੁੰਨ ਲੁਪਤ ਹੋਈ ਗਿਆ ਕਾਲੀ ਡਰਾਉਣੀ ਰਾਤ ਹੈ, ਸਵੇਰਾ ਬੁਰਦ ਹੋਈ ਗਿਆ ਆਪਣੇ ਗਲਾ ਦੇ ਕੈਂਚੀਆਂ, ਦੱਸੀ ਹੈ ਖੜ ਪੈਂਚੀਆਂ, ਗਰੀਬੇ ਹੀ ਡਰਾ ਦੇ ਲਈ ਹੈ ਕੁਹਾੜੀਆਂ ਕਹਿੰਦੀਆਂ, ਧੀਆਂ ਭੈਣਾਂ ਤਰਾ ਦੀਆਂ ਸ਼ਰਮੇ ਦੇ ਮਾਰੇ ਮਰਾ ਦੀਆਂ, ਬਲਾਤਕਾਰੀ ਅੱਸਾ ਦੇ ਉਨੇ ਦੇ ਮੌਜੂ ਕੱਸਾ ਦੇ, ਭਰੀ ਆਨੰਦ ਕੀਆਂ ਗਾਗਰੂ ਰਸਤਾ ਲਟਾਉਂਦੀ ਹੈ ਆਬਰੂ, ਚੰਗਾ ਭਲਾ ਦੇਸ਼ ਹਾ ਇਸਦੇ ਸ਼ਹੀਦ ਕੇ ਹੋਈ ਗਿਆ, ਕੀ ਦੇਸ਼ ਮੇਰਾ ਨਜ਼ਰ ਹੋਈ ਗਿਆ, ਕੀ ਦੇਸ਼ ਮੇਰਾ ਨਜ਼ਰ ਹੋਈ ਗਿਆ, ਕੀ ਦੇਸ਼ ਮੇਰਾ। ਬਹੁਤ ਅੱਛੇ, ਬੂਟੇ ਮਿਕੀ ਲੱਗਦਾ ਹੈ ਬੋੜੀ ਦਾ ਬੂਟਾ, ਅਸ਼ਕੈ ਸੁਰਗੇ ਦਾ ਝੂਟਾ, ਜਿਆਂ ਕੋਈ ਜਟਾਧਾਰੀ ਬਾਬਾ ਪ੍ਰਭੂ ਦੇ ਚੇਤੇ ਕੀ ਪਾਈ ਕਲਾਵਾ, ਜਿਆਂ ਕੋਈ ਜਤੀ ਸਤੀ ਬੈਠੇ ਦਾ ਉਹ ਹੈ ਤੂੰ ਨੀ ਰਮਾਈ, ਪ੍ਰਭੂ ਚਰਨੇ 'ਚ ਚਿੱਤ ਲਾਈ, ਇਸਦੇ ਪੱਤਰੇ ਦੀ ਸਾਂ ਸਾਂ ਕਰਦੀ ਬਾ, ਅਸ਼ਕੈ ਬੈਠੇ ਦਾ ਉਹ ਹੈ ਸਤਬਾਹ, ਬਾਹੂ ਦੀ ਸਾਂ ਸਾਂ ਅਸ਼ਕੈ ਕੁਛ ਹੈ ਮਹਾਤਮਾ ਦੇ ਪ੍ਰਵਚਨ, ਮਨੁੱਖੇ ਦੇ ਸੁਖੇ ਲਈ ਕਰਦਾ ਹੈ ਬੂਟਾ ਸੌ ਸੌ ਯਤਨ, ਕਿ ਬੜ ਹੈ ਕਿ ਬੋੜ ਹੈ ਮਨੁੱਖੇ ਦੀ ਸਭਨੇ ਦੀ ਲੋੜ ਹੈ, ਸਭਨੇ ਦੀ ਸੀਸ ਲੋੜ ਦੀ ਨਹੀਂ ਤਾਂ ਤਰੱਕੀ ਚੌੜ ਹੈ, ਕੋਈ ਬਾਬੇ ਨੇ ਕੋਈ ਦਾਦੇ ਨੇ ਇਹਦੇ ਕਿੰਨੇ ਨੇ ਇਰਾਦੇ ਨੇ, ਕੋਈ ਦਾਦੀ ਹੈ ਕੋਈ ਮਾਂ ਹੈ ਸਭਨੇ ਦੀ ਠੰਡੀ ਛਾਂ ਹੈ, ਕੁਸੇ ਪਰ ਬੈਠੀ ਕੋਇਲ ਹੈ ਕੁਸੇ ਪਰ ਬੈਠਾ ਕਾਂ ਹੈ, ਬੂਟੇ ਦੀ ਕੋਈ ਨਹੀਂ ਲੱਗਦਾ ਬਿੱਖ, ਸਿੱਖ ਮੜਾ ਕੁਛ ਇਹਦੇ ਸ਼ਾ ਸਿੱਖ, ਇਹ ਕਰਦੇ ਨੇ ਸਭਨੇ ਦੀ ਦਿੱਖ ਰਿੱਖ, ਇਹ ਦੇਣਾ ਜਾਣਦੇ ਨੇ ਪਰ ਲੈਂਦੇ ਨਹੀਂ ਨਾ ਕਿਸ਼, ਕਰਦੇ ਨੇ ਸਭਨੇ ਦੀ ਪਾਲਮਾ ਆਪੂ ਪੀਂਦੇ ਨੇ ਵਿਸ਼, ਮੜਾ ਬੂਟੇ ਦੀ ਵੱਢ ਨਹੀਂ ਛੜਾ ਆਪਣਾ ਮਤਲਬ ਕੱਢ ਨਹੀਂ, ਇਹ ਬੂਟੇ ਵੱਡੇ ਵੜਕੇ ਨਾ ਇਹਦੇ ਆਪਣੇ ਗੈ ਖੜਕੇ ਨਾ, ਇਹ ਬੂਟੇ ਜਿਨ ਮਰਨ ਇਹ ਦਾਨ ਵੀਰ ਕਰਨ ਨਾ, ਇਹ ਬੂਟੇ ਪੂਜਨ ਯੋਗ ਨਾ ਮਟਾਉਂਦੇ ਕਿੰਨੇ ਰੋਗ ਨਾ, ਪਸ਼ੂਏ ਦੀ ਇਹ ਰਜਾਉਂਦੇ ਨਾ ਆਪਣਾ ਧਰਮ ਨਿਭਾਉਂਦੇ ਨਾ, ਇਹਦੀ ਆਪਣੀ ਗੈ ਲਹਿਰ ਬੈਰ ਇਹ ਨਹੀਂ ਢਾਂਦੇ ਮਾਨੋਏ ਪਰ ਕਹਿਰ, ਇਹ ਨਹੀਂ ਕਰਦੇ ਕੁਸੇ ਨੇ ਬੈਰ ਭਾਵੇਂ ਵੱਡਾ ਹੋਇਆ ਜਾਂ ਦੁਪਹਿਰ, ਭਾਵੇਂ ਗ੍ਰਾਂ ਹੋਇਆ ਜਾਂ ਸ਼ਹਿਰ, ਇਹ ਨਹੀਂ ਪਿੱਟਦੇ ਮਨੁੱਖੇ ਸਾਈਂ ਏਡੇ ਭਾਵੇਂ ਕਰਾਉਂਦਾ ਹੈ ਮਾਨੋ ਫੱਟ ਕਿਡੇ ਕਿਡੇ, ਨਹੀਂ ਕਰਦੇ ਇਹ ਕ੍ਰੋਧ ਨਾ ਨਹੀਂ ਕਰਦੇ ਇਹ ਵਿਰੋਧ ਨਾ, ਇਹ ਸਾਹਮਣੇ ਨਿਆਣੇ ਨਾ ਸੁਣਾਉਂਦੇ ਇਹ ਤਰਾਨੇ ਨਾ, ਇਹ ਬਖਸ਼ਦੇ ਪ੍ਰਾਣ ਨਾ ਇਹ ਸਾਰੀ ਜਿੰਦ ਜਾਨ ਨਾ, ਇਹ ਦੇਵਤੇ ਦਾ ਵਾਸ ਨਾ ਪਰਿਆਵਰਨ ਦੀ ਰਾਸ ਨਾ, ਇਹਦੇ ਸਾਹ ਸਤਾਇਆ ਨੇ ਇਹਦਾ ਬੈਂਸ ਮਤਾਇਆ ਨੇ, ਜੇ ਬੂਟੇ ਗਿਆਨੀ ਰਸਗਾ ਤੂੰ ਤਾਂ ਫਲ ਕੁੱਤਾਂ ਦਾ ਚੱਕਗਾ ਤੂੰ, ਵੀ ਪੱਖਰੂ ਕੁੱਥੇ ਚਹਿਕਣ ਵੀ ਫੁੱਲ ਕੀਆਂ ਮਹਿਕਣ, ਵੀ ਕੋਇਲ ਕੁੱਥੇ ਬੋਲਣੀ ਵੀ ਪੱਖੀ ਪੁੱਛਣਾ ਝੁੱਲਣੀ, ਨਹੀਂ ਡਰਾਉਣਾ ਇਹ ਸੰਸਾਰ ਕਰ ਨਹੀਂ ਬੂਟੇ ਉੱਪਰ ਵਾਰ ਕਰ, ਕੇ ਖਾਂਗਨ ਛਿੱਲੂ ਬੱਕਰੂ ਕੇ ਖਾਂਗਨ ਭੋਲੇ ਪੱਖਰੂ, ਨਹੀਂ ਪਰਿਆਵਰਨ ਵਿਗਾੜ ਤੂੰ ਨਹੀਂ ਬਸਵਾਂ ਜਵਾੜ ਤੂੰ, ਇਹ ਬੂਟੇ ਚਾਚੇ ਤਾਏ ਨੇ ਸਭ ਕਿਰਖਿਆ ਦੇ ਸਰਮਾਏ ਨੇ, ਇਹ ਬੂਟੇ ਲੰਬੜਦਾਰ ਨ ਇਹ ਬੂਟੇ ਪੈਰੇਦਾਰ ਨ, ਕਿ ਜਾੜਨ ਦਰਾੜਨ ਇਹ ਧਾਰਾਂ ਦੇ ਕੇ ਪਹਾੜਨ, ਕਿ ਟਿੱਬੀਆਂ ਕਿ ਟੀਸੀਆਂ ਸਭ ਧਰਤੀ ਦਾ ਗੁਹਾੜਨ, ਬੂਟੇ ਕਿ ਸਗੋ ਸਾਰ ਕਰ ਬਸ ਪਿਆਰ ਕਰ ਬਸ ਪਿਆਰ ਕਰ, ਕਿ ਬੂਟੇ ਧਰਮੀ ਕਰਮੀ ਨੇ ਇਹ ਚਲਦੇ ਸੱਸੀ ਨਰਮੀ ਨੇ, ਦੂਵੇਂ ਦੀ ਠੰਡ ਪਾਉਂਦੇ ਨੇ ਅਤੇ ਆਪੂ ਚਲਦੇ ਗਰਮੀ ਨੇ, ਜੇ ਚਲਾਂਗਾ ਇਹਦੇ ਪਰ ਆ ਰਹੀਆਂ ਜੇ ਚਲਾਂਗਾ ਇਹਦੇ ਪਰ ਆ ਰਹੀਆਂ ਤਾਂ ਪੌਣ ਬਿਪਤਾ ਭਾਰੀਆਂ,
ਇਹ ਬੂਟੇ ਨੂੰ ਤਾਂ ਮਾਨੂ ਹੈ ਨਹੀਂ ਤਾਂ ਮਾਨੂ ਦਾਨੂ ਹੈ, ਇਹ ਬੂਟੇ ਨੂੰ ਤਾਂ ਮਾਨੂ ਹੈ ਨਹੀਂ ਤਾਂ ਮਾਨੂ ਦਾਨੂ ਹੈ, ਬੂਟੇ ਨੇ ਤਾਂ ਵਿਸ਼ ਹੈ ਨਹੀਂ ਹੋਰ ਇੱਥੇ ਕਿਸ਼ ਹੈ, ਇਹ ਕਰਦੇ ਨਾ ਰਾਖੀਆਂ ਇਹ ਗੱਲਾਂ ਤੋਂ ਨਹੀਂ ਪਾਖੀਆਂ, ਵੀ ਕੀ ਇਹਨਾਂ ਦੀ ਵੱਢਣਾ ਕੀ ਰੋਹ ਇਹਦੇ ਪਰ ਕੱਢਣਾ, ਇਹ ਸੋਚ ਮਾੜੀ ਛੋੜੀ ਦੇ ਦਰਾਟੀ ਕੁਆੜੀ ਛੋੜੀ ਦੇ, ਬੂਟੇ ਨੇ ਸਾਰਾ ਜੀਨ ਮਰਨ, ਬੂਟੇ ਨੇ ਸਵੱਛ ਪਰਿਆਵਰਨ, ਬੂਟੇ ਦੀ ਰਸਨ ਬਸਣ ਦੇ ਸ੍ਰਿਸ਼ਟੀ ਦੀ ਖਿੜਖਿੜ ਹੱਸਣ ਦੇ, ਦੋ ਚਾਰ ਬੂਟੇ ਲਾਉਂਦਾ ਰਹੋ ਪਰਿਆਵਰਨ ਬਚਾਉਂਦਾ ਰਹੋ, ਪਰਿਆਵਰਨ ਬਚਾਉਂਦਾ ਰਹੋ ਦੋ ਚਾਰ ਬੂਟੇ ਲਾਉਂਦਾ। ਬਹੁਤ ਖੂਬ ਬਹੁਤ ਖੂਬ, ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਸ਼ਕਰਨ ਕਿਰਨ ਜੀ, ਸ਼ੁਕਰੀਆ ਤੁਹਾਡਾ ਸੁਪਨੇ ਦਾ, ਤੁਸੀਂ ਬੜੀਆਂ ਅੱਛੀਆਂ ਅੱਛੀਆਂ ਰਸਮਾਂ ਸੁਣਾਈਆਂ, ਮਹਿਫਿਲ ਬਣੀ ਹੈ, ਇੰਨੀਆਂ ਗਏ ਰੌਣਕਾਂ ਲੱਗਦੀਆਂ ਰਹਿਣ, ਮਹਿਫਲਾਂ ਲੱਗਦੀਆਂ ਰਹਿਣ, ਰੌਣਕਾਂ ਮਚਦੀਆਂ ਰਹਿਣ, ਔਰ ਅੱਛੀਆਂ ਅੱਛੀਆਂ ਨਜ਼ਮਾਂ ਅੱਛੇ ਅੱਛੇ ਗੀਤ ਡੋਗਰੀ ਸਾਹਿਤ ਦਾ ਸਰਮਾਇਆ ਬਣਦੇ ਰਹੋ, ਅਸੀਂ ਇਹ ਚਾਹੁੰਦੇ ਹਾਂ। ਸਾਹਿਤ ਅਕਾਦਮੀ ਦਾ ਇਹ ਪ੍ਰੋਗਰਾਮ ਅਸਮਿਤਾ ਇੱਕ ਆਪਣੀ ਨੋਈਅਤ ਦਾ ਵੱਖਰਾ ਚਾਲੀ ਦਾ ਪ੍ਰੋਗਰਾਮ ਹੈ, ਤੁਸੀਂ ਦੇਖਿਆ ਇਸ ਦੇ ਵਿੱਚ ਸਿਰਫ ਮਹਿਲਾ ਹੀ ਵੀ ਗੈਰ ਮੰਚ ਦਿੱਤਾ ਜਾਂਦਾ, ਮੇਰੀ ਮਜਬੂਰੀ ਹੀ ਨਹੀਂ ਤਾਂ ਮੈਂ ਮਤਲਬ ਅਤੇ ਇੰਨੀਆਂ ਸਮਝੀ ਲਓ ਕਿ ਮੈਂ ਵੀ ਇਹਦੇ ਵਿੱਚ ਆ ਗਈ। ਦੂਜੀ ਗੱਲ ਇੱਕ ਹੋਰ ਹੀ, ਇੱਥੇ ਬੜੇ ਅੱਛੇ ਲੋਕ ਵੀ ਨਾ ਕਿਉਂਕਿ ਸਾਰੇ ਦਾ ਸਾਰੇ ਗਏ ਜਿਹੜੇ ਨੇ, ਜਿੰਨੇ ਵੀ ਤੁਸੀਂ ਸਾਰੇ ਇੱਥੇ ਆਏ ਹੋ, ਮੈਂ ਤੁਹਾਡਾ ਸਭਨੇ ਦਾ ਬੜਾ ਸ਼ੁਕਰਗੁਜ਼ਾਰ ਹਾਂ, ਦਰਸ਼ਨ ਹੋਰ ਆਏ ਹਨ, ਕੇਸਰ ਹੋਰ ਆਏ ਹਨ, ਖਜੂਰ ਸਿੰਘ ਹੋਰ ਆਏ ਹਨ ਕਠੂਏ ਦਾ ਸਪੈਸ਼ਲਿਸਟ ਪ੍ਰੋਗਰਾਮ ਵਾਸਤੇ, ਬੜੇ ਘੱਟ ਲੱਭਦੇ ਨੇ, ਕਦੇ ਕਦੇ ਆਉਂਦੇ ਨੇ, ਤਰਕਾਣੇ ਖਾਸ ਕਰਕੇ ਨਹੀਂ ਆਉਂਦੇ, ਕਟੋਚ ਹੋਰ ਅਤੇ ਸਾਡੇ ਪੁਰਾਣੇ ਦੋਸਤ ਇੱਕ ਜਿਹੜੇ ਇੱਕ ਵੀਡੀਓਗ੍ਰਾਫੀ ਕਰਾ ਕਰਦੇ ਨੇ ਕੰਨੇ ਕੰਨੇ ਬ੍ਰਿਜ ਮੋਹਨ ਹੋਰ, ਇਹਨੇ ਆਪਣਾ ਹੋਲੀਆ ਵੱਖਰੀ ਚਾਲੀ ਦਾ ਬਣ ਕਰ ਲਿਆ, ਕਿਉਂਕਿ ਫਿਲਮ ਬਣਾ ਕਰਦੇ ਨੇ ਬੜੀ ਜਲਦੀ, ਪਤਾ ਨਹੀਂ ਅਸੀਂ ਰੋਲ ਇਹਨੇ ਦੇਣਾ ਜਾਂ ਨਹੀਂ ਦੇਣਾ, ਪਰ ਇਹਦਾ ਬੜਾ ਸ਼ੁਕਰੀਆ। ਪੂਰਨ ਹੋਰ ਆਏ ਦਿਨ, ਸ਼ਸ਼ੀ ਮੈਡਮ ਹੋਰ ਆਏ ਦਿਨ, ਸ਼ਸ਼ੀ ਪਠਾਨੀਆ, ਇਹਨੇ ਆਉਂਦੇ ਮੈਂ ਦੇਖੀ ਆ, ਮੈਂ ਆਖਿਆ ਜੀ ਅਮਰੀਕਾ ਆਈ ਹੈ, ਵੀ ਸੱਚਮੁੱਚ ਕਿੰਨਾ ਪਤਾ ਕਿ ਆਏ ਕੀ ਹਨ ਇੱਥੇ, ਔਰ ਮੈਂ ਬੜਾ ਅੱਛਾ ਲੱਗਾ ਵੀ ਇਹ ਇੱਥੇ ਆਈਆਂ ਮਹਿਲਾ ਦਾ ਪ੍ਰੋਗਰਾਮ ਜਿਹੜਾ ਇਹਨਾਂ ਸਾਹਿਤ ਅਕੈਡਮੀ ਦਾ, ਥੋੜ੍ਹਾ ਹੋਰ ਪਹਿਲਾਂ ਜੇਕਰ ਆਈ ਹੁੰਦੀਆਂ ਤਾਂ ਹੋਰ ਸਾਡਾ ਜਿਗਰਾ ਵਧੀ ਜਾਣਾ ਹਾਂ, ਗਿਆਨ ਸਿੰਘ ਦਾ ਪ੍ਰੋਗਰਾਮ ਹੈ ਥਰੂ ਮੇ ਵਿੰਡੋ, ਪਰ ਗਰਮੀ ਦਾ ਵੀ ਪ੍ਰਕੋਪ ਹੈ ਬੜਾ ਚੰਚਲ ਹੋਰ ਆਈਦੀਆਂ, ਪਿੰਡ ਕਿ ਮੈਂ ਆਖਿਆ ਮੈਂ ਅੱਗੇ ਆਓ ਰਹਿ ਨਹੀਂ ਮੈਂ ਇੱਥੇ ਠੀਕ ਹਾਂ, ਲਲਿਤ ਹੋਰ ਆਏ ਦਿਨ, ਅਸ਼ੋਕ ਹੋਰ, ਪਵਨ ਹੋਰ, ਹਰੇ ਕ੍ਰਿਸ਼ਨ ਹੋਰ, ਇਹ ਇੰਨੇ ਸਟੂਡੈਂਟ ਆਏ ਦਿਨ, ਆਪਣੇ ਦੇ ਪਦਮੋ ਦੇ ਚੇਲੇ ਚੇਲੀਆਂ, ਮੈਂ ਪਦਮੋ ਦਾ ਔਰ ਇਹਦੇ ਚੇਲੇ ਚੇਲੀਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ, ਆਉਂਦੇ ਨੇ ਬੜਾ ਉਤਸ਼ਾਹ ਵੱਧਦਾ, ਆਉਣ ਵਾਲੇ ਵਕਤ ਦੇ ਵਿੱਚ ਇਹਨੇ ਰੁਕਿਆ ਗਿਆ ਇਹ ਮੰਚ ਸਾਹਮਣੇ, ਔਰ ਸਿੱਧੀ ਗੱਲ ਔਰ ਸਾਫ਼ ਗੱਲ ਇਹ ਹੈ ਕਿ ਸਾੜੇ 'ਚ ਜੇਕਰ ਇੱਕ ਦੂਜੇ ਦੀ ਸੁਣਨੇ ਦੀ ਚੜਕ ਨਹੀਂ, ਆਦਤ ਨਹੀਂ, ਤਾਂ ਕੀ ਗੱਲ ਅੱਗੇ ਬਣਦੀ ਨਹੀਂ ਹੈ, ਇਹਦੇ ਕਰਨਾ ਗਿਆ ਬਾਅਦ ਸੰਵਾਦ ਕਰਨਾ ਗਿਆ ਗੱਲਾਂ ਬਣਦੀਆਂ, ਚਿਪ ਸਾਹਿਬ ਇੱਥੇ ਆਏ ਦਿਨ, ਕੌਲ ਹੋਰ ਇੱਥੇ ਆਏ ਦਿਨ, ਚੂਨੀ ਲਾਲ ਹੋਰ ਆਏ ਦਿਨ, ਰੈਪਰੀਆ ਹੋਰ ਅਤੇ ਸਾਡੇ ਕੰਨਾਂ ਬੈਨਰ ਕਢਵਾ ਕਰਦੇ ਸੀ ਇਹਦੇ ਆਪਣੇ ਵਿਚਾਰ,
ਅਗਰ ਇੱਕ ਹੋਰ ਅੱਜ ਇੱਕ ਨਿੱਕੀ ਜਿਹੀ ਗੱਲ ਹੋਈ ਹੈ, ਬੜੀ ਨਿੱਕੀ ਨਹੀਂ ਵੱਡੀ ਗੱਲ ਸੀ, ਚਮਨ ਲਾਲ ਔਰ ਇਹਦੀ ਨਵੀਂ ਕਿਤਾਬ ਛਪੀ ਹੈ, ਇਹ ਲਿਆ ਹੈ ਜੀ ਮੇਰੀ ਕਿਤਾਬ, ਮੈਂ ਜੀ ਆਓ ਠੀਕ ਹੈ। ਸਾਡੇ ਅਸ ਥੋੜ੍ਹਾ ਬਾਕੀ ਬਾਕੀ ਲੋਕਾਂ ਕੋਲਾ ਜਿਹੜੇ ਬਾਹਰ ਜਿੰਨਾ ਵੀ ਇੱਥੇ ਵਿਮੋਚਨ ਹੁੰਦੇ ਨੇ, ਮੈਂ ਦੇਖੇ ਦਿਨ ਬੜੇ ਵਿਮੋਚਨ ਦੇਖੇ ਦਿਨ, ਬੁੱਕ ਫੇਅਰ ਚਲਾ ਕਰਦਾ ਉੱਥੇ ਵਿਮੋਚਨ ਹੋਈ ਆ, ਰਾਈਟਰ ਕੋਈ ਇੱਕ ਨਿੱਕਾ ਪੈਸਾ ਨਹੀਂ ਖਰਚਦਾ, ਕੋਈ ਚਾਹ ਦਾ ਕੱਪ ਨਹੀਂ ਪਿਲਾਉਂਦਾ, ਕੁਛ ਨਹੀਂ ਕਰਦਾ, ਆਉਂਦੇ ਵਿਮੋਚਨ ਹੋਈ ਆ, ਕਾਨਫਰੰਸਾਂ ਹੋਆ ਕਰਦੀਆਂ, ਦਰਜਨਾਂ ਕਿਤਾਬਾਂ ਉਹਦੇ 'ਚ ਉਹਦੇ ਵਿਮੋਚਨ ਕੀਤੇ ਜਾਂਦੇ ਨੇ, ਕੋਈ ਐਸੀ ਕੋਈ ਗੱਲ ਨਹੀਂ। ਪਰ ਅਸ ਕੀ ਕਿਹਾ, ਅਸ ਥੋੜ੍ਹੇ ਪੈਸੇ ਨੇ ਲੋਕ ਆ, ਅਸੀਂ ਪੱਖਰੀ ਪੈਸਲ ਕਰਨੀ ਹੁੰਦੀ ਹੈ, ਉਹਦੇ ਪਰ ਆਰਟੀਕਲ ਪੜ੍ਹਾਉਣੇ ਹੁੰਦੇ ਨੇ, 2-4 ਹਜ਼ਾਰ ਰੁਪਇਆ ਖਰਚੇ 'ਚ ਜਿੰਨੇ ਚਿਰ ਨੇ, ਇੰਨੇ ਚਿਰ ਅਸੀਂ ਤਸਲੀ ਜਿਹੜੀ ਹੁੰਦੀ, ਇਹਨੇ ਉਹੜੀ ਵੀ ਲਵਾਈ ਹੈ ਆਏ ਇਹੋ ਜੀ, ਮੈਂ ਲਾਹੀ ਅਸੀਂ ਕੋਈ ਕੱਖ ਨਹੀਂ ਕਰਨਾ ਜੀ, ਇੰਨੀ ਕਿਤਾਬ ਲਿਆਈ ਹੈ ਲੋਕਾਂ ਨੂੰ ਦੱਸਿਓ, ਅਸੀਂ ਆਖਿਆ ਮਹਾਰਾਜ ਆਓ ਕੋਈ ਗੱਲ ਨਹੀਂ ਠੀਕ ਹੈ। ਅਤੇ ਇਸ ਚਾਲੀ ਦੇ ਸਿਲਸਿਲੇ ਵੀ ਮੈਨੂੰ ਲੱਗਦਾ ਕਿ ਕੰਨੇ ਕੰਨੇ ਚੱਲਦੇ ਜਾਣੇ ਚਾਹੀਦੇ, ਕਿਤਾਬ ਦਾ ਅਸੀਂ ਸਵਾਗਤ ਕਰਨਾ ਚਾਹੀਦਾ, ਇਹਦੀ ਕਿਤਾਬ ਕਹਾਣੀ ਦੀ ਕਿਤਾਬ ਹੈ, ਇਹਨੇ ਜਿਹੜੇ ਜਿਹੜੇ ਲੋਕਾਂ ਨੇ ਦਿੱਤੀ ਹੋਇਆ, ਮੈਨੂੰ ਪਤਾ ਨਹੀਂ ਕਿੰਨੀਆਂ ਕਿਤਾਬਾਂ ਨਹੀਂ ਲੈਂਦੀ ਦੀਆਂ ਕਿੰਨੀਆਂ ਨਹੀਂ, ਜਿੱਥੇ ਹੱਥ ਵੀ ਚੜੀ ਹੋ ਜ਼ਰੂਰ ਪੜ੍ਹਿਓ ਦੇਖਿਓ, ਇਹਦੀ ਇਹ ਕਿਤਾਬ ਪਹਿਲਾਂ ਵੀ ਛਪੀ ਚੁੱਕਦੀ ਹੈ, ਕਵਿਤੇ ਦੀ ਏਅਰਫੋਰਸ 'ਚ ਨੌਕਰੀ ਕਰਦੇ ਹਨ, ਹੋਰ ਥੋੜ੍ਹਾ ਚਿਰ ਬਾਅਦ ਰਿਟਾਇਰ ਹੋਣੇ ਆ, ਅਤੇ ਫੌਜ 'ਚ ਰਹੀ ਹੈ ਵੀ, ਇਹਨੇ ਵੀ ਇਸ ਚਾਲੀ ਦਾ ਜਿਹੜਾ ਸ਼ੌਕ ਹੈ ਉਹ ਬਾਕਾਇਦਾ ਬਣੇ ਲਾ ਰਿਹਾ। ਮੈਂ ਇੱਕ ਗੱਲ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਦੇ ਕੰਨੇ ਕੰਨੇ ਮੈਂ ਆਪਣੇ ਇੱਕ ਅਜ਼ੀਜ਼ ਦਾ ਬੜਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ, ਹਾਲਾਂਕਿ ਮੇਰੇ ਕੰਨੇ ਕੰਨੇ ਘੁੰਮਦੇ ਨੇ, ਜੇਕਰ ਇਹ ਪੂਰੀ ਚਾਲੀ ਜਾਂ ਇਨਵੋਲਵ ਹੋਈ ਹੈ ਜਾਂ ਆਪਣਾ ਕੰਮ ਪੜ੍ਹਨੀ ਹੈ ਇਹ ਕੰਮ ਨਹੀਂ ਕਰਦੇ, ਤਾਂ ਸ਼ਾਇਦ ਮੈਨੂੰ ਥੋੜ੍ਹਾ ਜਿਹਾ ਮਤੀ ਮੁਸ਼ਕਤ ਕਰਨੀ ਪੈਂਦੀ, ਜਾਂ ਸ਼ਾਇਦ ਹੋਰ ਵੀ ਰਕੇਸ਼ ਹੋਰ ਤੁਸੀਂ ਦੇਖਿਆ ਫੋਟੋ ਵੀ ਖਿੱਚਿਆ ਕਰਦੇ, ਔਰ ਮੈਂ ਇਹਦਾ ਖਾਸ ਸ਼ੁਕਰੀਆ ਨਾ, ਬੜੇ ਅੱਛੇ ਸ਼ਾਇਰ ਨੇ, ਜੇਕਰ ਆਖਦੇ ਕਿ ਨਹੀਂ ਜੀ ਮੈਂ ਸ਼ਾਇਰ ਤਾਂ ਮੀਂਹ ਕਿ ਲੋੜ ਹੈ ਜਾਂ ਉੱਠ ਕੇ ਰਹੀਏ ਕਰਨ ਦੀ ਰਾਤੀ, ਅਸ ਅਗਲੇ ਪ੍ਰੋਗਰਾਮ ਦੀ ਤਿਆਰੀ ਆਸਤ ਕਰਾ ਕਰਨੇ ਹਾਂ, ਜਿਹੜਾ 10 ਤਰੀਕ ਹੈ, 10:30 ਵਜੇ ਤੱਕ ਇਹ ਕੰਪਿਊਟਰ ਵਾਲੇ ਕੋਲ ਬੈਠੇ ਤੇ ਇਹ ਕਾਰਡ ਬਣਵਾ ਕਰਦੇ, ਅਤੇ ਮੇਰੇ ਕਹਿੰਦੇ ਫੋਨ ਉੱਪਰ ਸੰਪਰਕ ਰੱਖੇ ਦਾ, ਇਸ ਕਰੀਏ ਮੈਂ ਇਹਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹ ਵੀ ਸਾਡੇ ਕੰਨੇ ਇਸ ਚਾਲੀ ਪੂਰੇ ਜੀਲ ਕਰਨੇ ਕੰਮ ਕਰਾ ਕਰਦੇ, ਪੂਰੀ ਇਨਵੋਲਵ ਹੋਈ ਹੈ ਸਾਰੇ ਦੇ ਸਾਰੇ, ਅਸ ਲੋਕ ਸੰਜੀਵਕੀ ਕਰਨਾ ਚਾਹੀਦਾ ਕੰਮ ਕਰਨੇ ਆ, ਇੱਕ ਦੂਜੇ ਦੀ ਸਪੋਰਟ ਕਰਨੇ ਆ, ਤਾਂ ਤਾਂ ਵੀ ਗੱਲ ਬਣਦੀ ਹੈ। ਬਹਰਹਾਲ ਅੱਜ ਦੀ ਇਸ ਖੂਬਸੂਰਤ ਮਹਿਫਿਲ 'ਚ ਤੁਹਾਡਾ ਆਉਣੇ ਦਾ ਔਰ ਤੁਹਾਡਾ ਇਸ ਇਹ ਖੂਬਸੂਰਤ ਮਹਿਫਿਲ ਬਣਨ ਦਾ ਦੋਨੇ ਦਾ ਬੜਾ ਬੜਾ ਸ਼ੁਕਰੀਆ। ਇਸ ਤੋਂ ਬੜਾ ਪਹਿਲਾਂ ਗਿਆਨ ਸਿੰਘ ਹੋਰ ਬੜਾ ਅੱਛਾ ਵਕਤਵਯ ਦਿੱਤਾ ਸਕੂਲੀਆ ਹੁੰਦੇ ਪਰ, ਉਹਦਾ ਵੀ ਬੜਾ ਸ਼ੁਕਰੀਆ, ਉਹਦਾ ਸਭਨੇ ਦਾ ਸ਼ੁਕਰੀਆ। ਹੁਣ ਚਾਹ ਦਾ ਇੱਕ ਕੱਪ ਪਤਾ ਨਹੀਂ ਠੰਡਾ ਨਹੀਂ ਹੋਈ ਜਾਂਦਾ ਹੋਇਆ, ਜੇ ਬੜੀ ਪਹਿਲਾਂ ਦਾ ਲੈਂਦੇ ਦਾ ਹੋਵੇ, ਮੀਂਹ ਲੱਗਦਾ ਹੁਣ ਕੇ ਲਿਆਉਂਦਾ ਹੋਣਾ, ਚਾਹ ਦਾ ਕੱਪ ਇੱਕ ਤੁਸੀਂ ਜ਼ਰੂਰ ਪੀਣਾ, ਉਹਦਾ ਬੜਾ ਬੜਾ ਸ਼ੁਕਰੀਆ, ਬਹੁਤ ਬਹੁਤ।